ਹਰੀਆ ਕਾਲਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਆ ਸੁਮਨ ਪ੍ਰੀਤ ਕੌਰ ਅਤੇ ਅੱਜ ਹੈ 15 ਅਕਤੂਬਰ 2021 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 15 ਅਕਤੂਬਰ 2021 ਦੇ ਇੰਪੋਰਟੈਂਟ ਕਰੰਟ ਅਫੇਅਰ ਦੇ ਕੁਐਸਚਨ ਜੇਕਰ ਤੁਸੀਂ ਕਿਸੇ ਵੀ ਗਵਰਨਮੈਂਟ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਅੱਜ ਦੀ ਕਰੰਟ ਅਫੇਅਰ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਹਰੇਕ ਕੁਐਸਚਨ ਦੇ ਨਾਲ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ ਤੇ ਤੁਸੀਂ ਹਾਂਜੀ ਬਹੁਤ ਸਾਰੇ ਸਟੂਡੈਂਟੇ ਸੋਚ ਕੇ ਕਰੰਟ ਅਫੇਅਰ ਛੱਡ ਰਹੇ ਨੇ ਕਿ ਕਰੰਟ ਅਫੇਅਰ ਹੁਣ ਇਸ ਮੰਥੀ ਤਾਂ ਨਹੀਂ ਆਊਗੀ ਕਿਸੇ ਵੀ ਪੇਪਰ ਦੇ ਹਾਂਜੀ ਕਰੰਟ ਅਫੇਅਰ ਦਾ ਮਤਲਬ ਕੀ ਹੁੰਦਾ ਵਾ ਕਰੰਟ ਅਫੇਅਰ ਦਾ ਮਤਲਬ ਹੁੰਦਾ ਚੱਲ ਰਹੇ ਮਸਲੇ ਭਾਰਤ ਅਤੇ ਪੰਜਾਬ ਦੇ ਚੱਲ ਰਹੇ ਮਸਲੇ ਹਾਂਜੀ ਸੈਂਟਰ ਲੈਵਲ ਦੀ ਕਰੰਟ ਅਫੇਅਰ ਹੀ ਪੁੱਛੀ ਜਾਂਦੀ ਹੈ ਹਰੇਕ ਪੇਪਰ ਦੇ ਵਿੱਚ ਤਾਂ ਚੱਲ ਰਹੇ ਮਸਲੇ ਜਿਹੜੀ ਵੀ ਕਰੰਟ ਅਫੇਅਰ ਆ ਚੱਲ ਰਹੀ ਆ ਜੋ ਵੀ ਨਿਊਜ਼ਸ ਚੱਲ ਰਹੀਆਂ ਮਾ ਤੁਹਾਨੂੰ ਆਪਣੇ ਆਸ-ਪਾਸ ਦਾ ਪਤਾ ਹੋਣਾ ਜ਼ਰੂਰੀ ਆ ਇਹੀ ਕਰੰਟ ਅਫੇਅਰ ਆ ਤੇ ਇਹਦੇ ਵਿੱਚ ਤੁਸੀਂ ਕੀ ਕਰਦੇ ਹੋ ਕਿ ਛੱਡ ਦਿੰਦੇ ਹੋ ਕਿ ਇਸ ਮੰਥ ਦੀ ਕਿਹੜਾ ਆਣੀ ਆ ਇਸ ਕਰਕੇ ਮੈਂ ਤੁਹਾਨੂੰ ਇਹੀ ਕਹਾਂਗੀ ਕਿ கரنٹ ਅਫੇਅਰ ਬਿਲਕੁਲ ਵੀ ਨਾ ਛੱਡਣਾ கரنٹ ਅਫੇਅਰ ਦੀ ਤਿਆਰੀ ਨਾਲ ਦੀ ਨਾਲ ਕਰਦੇ ਚੱਲੋ ਡੇਲੀ 5 ਜਾਂ 10 ਮਿੰਟ ਜਾਂ 15 ਮਿੰਟ ਦੀ ਵੀਡੀਓ ਹੁੰਦੀ ਆ ਤਾਂ ਡੇਲੀ ਆਪਣੇ 15 ਮਿੰਟ ਵੀਡੀਓ ਨੂੰ ਜ਼ਰੂਰ ਦੇਓ ਠੀਕ ਹੈ ਜੀ ਤੇ ਕੱਲ ਤੋਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੀਡੀਓ ਤੁਹਾਨੂੰ 7 ਵਜੇ ਹੀ ਅਪਲੋਡ ਕਰ ਦਿੱਤੀ ਜਾਵੇ 7 ਵਜੇ ਤੁਹਾਨੂੰ கரنٹ ਅਫੇਅਰ ਅਸੀਂ ਪ੍ਰੋਵਾਈਡ ਕਰਦੇ ਆ ਕਰਾਂਗੇ ਤਿਹਾਰਿਕ ਵੀਡੀਓ ਦਾ ਅਸੀਂ ਟਾਈਮ ਸ਼ਡਿਊਲ ਸੈੱਟ ਕਰਦਾਂਗੇ ਹੌਲੀ-ਹੌਲੀ ਕਿ ਕਿਹੜੀ ਵੀਡੀਓ ਵਾਰਡ ਅਟੈਂਡ ਦੇ ਪੇਪਰ ਦੇ ਲਈ ਕਿੰਨੇ ਵਜੇ ਆਵੇਗੀ ਅਤੇ ਸਬ ਇਨਸਪੈਕਟਰ ਦੇ ਪੇਪਰ ਲਈ ਕਿੰਨੇ ਵਜੇ ਅਪਲੋਡ ਹੋਵੇਗੀ ਠੀਕ ਹੈ ਜੀ ਇਹ ਵੀ ਮੈਂ ਤੁਹਾਨੂੰ ਦੱਸ ਦੇਵਾਂਗੀ ਅਤੇ ਕਰੰਟ ਅਫੇਅਰ ਦੀ ਵੀਡੀਓ ਤੁਹਾਨੂੰ ਡੇਲੀ 7 ਵਜੇ ਮਿਲਿਆ ਕਰੇਗੀ ਹੁਣ ਹਾਂਜੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਹਰੇ ਕੁਐਸਚਨ ਦੇ ਨਾਲ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ ਤੇ ਕਰੰਟ ਅਫੇਅਰ ਨੂੰ ਬਿਲਕੁਲ ਵੀ ਨਾ ਛੱਡਣਾ ਜੋ ਵੀ ਸਟੂਡੈਂਟਸ ਤਿਆਰੀ ਕਰਨੇ ਤਿਆਰੀ ਕਿਤਾ ਬਾਕੀ ਸਾਰਾ ਕੁਝ ਉਹਨਾਂ ਨੂੰ ਸੇਮ ਰਹਿਣਾ ਵਾ ਕੰਟ ਅਫੇਅਰ ਡੇ ਬਾਈ ਡੇ ਚੇਂਜ ਹੁੰਦੀ ਜਾਣੀਆਂ ਠੀਕ ਹੈ ਜੀ ਇਸ ਕਰਕੇ ਕਰੰਟ ਅਫੇਅਰ ਨਾ ਛੱਡਣਾ ਕਦੇ ਵੀ ਤੇ ਇਹਦੇ ਨਾਲ ਤੁਹਾਡੀ ਨੌਲੇਜ ਦੇ ਵਿੱਚ ਕੀ ਇਨਕਰੀਮੈਂਟ ਹੋ ਰਿਹਾ ਹੈ ਤੁਹਾਨੂੰ ਆਪਣੇ ਆਪ ਪਤਾ ਚੱਲੇਗਾ ਹਾਂਜੀ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੁੰਦੇ ਨੇ ਸਾਡੇ ਤੇ ਇਹਨਾਂ ਨੂੰ ਬਿਲਕੁਲ ਵੀ ਨਾ ਛੱਡਣਾ ਤੇ ਧਿਆਨ ਨਾਲ ਸੁਣਨਾ ਹਾਂਜੀ ਫਰਸਟ ਕੁਐਸ਼ਚਨ ਕੁਐਸ਼ਚਨ 1 ਆਫਤ ਜੋਖਮ ਘਟਾਉਣ ਇਹ ਹਾਂਜੀ ਇੱਥੇ ਮਿਸਟੇਕ ਆ ਘਟਾਉਣ ਲਈ ਅੰਤਰਰਾਸ਼ਟਰੀ ਦਿਵਸ ਕਦੋਂ ਮਨਾਇਆ ਗਿਆ ਆਫਤ ਜੋਖਮ ਘਟਾਉਣ ਦੇ ਲਈ ਅੰਤਰਰਾਸ਼ਟਰੀ ਦਿਵਸ 13 ਅਕਤੂਬਰ ਨੂੰ ਮਨਾਇਆ ਗਿਆ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਹੁਣ ਇਹ ਦਿਵਸ ਕਿਉਂ ਮਨਾਇਆ ਗਿਆ ਇਹ ਦਿਨ ਜੋਖਮ ਜਾਗਰੂਕਤਾ ਅਤੇ ਆਵਦਿਆਂ ਦੇ ਵਿੱਚ ਸਾਂਸਕ੍ਰਿਤਿਕ ਕਮੀ ਦੇ ਵਿੱਚ ਵਧਾਵਾ ਦੇਣ ਦੇ ਲਈ ਮਨਾਇਆ ਜਾਂਦਾ ਹੈ ਠੀਕ ਹੈ ਜੀ ਇਹ ਪਹਿਲੀ ਵਾਰ 1999 ਈਸਵੀ ਨੂੰ ਮਨਾਇਆ ਗਿਆ ਸੀ ਇਹ ਤੁਸੀਂ ਯਾਦ ਰੱਖਣਾ ਹੁਣ ਇੰਪੋਰਟੈਂਟ ਡੇ ਵਾਲਾ ਕੁਐਸਚਨ ਸੀ ਵੀਡੀਓ ਨੂੰ 1 ਮਿੰਟ ਲਈ ਰੋਕ ਕੇ ਇਸ ਨੂੰ ਵੀ ਲਿਖ ਕੇ ਦੇਖੋ ਇੱਕ ਵਾਰ ਹਾਂਜੀ ਜਿਹੜੇ ਵੀ ਪੇਜ ਤੇ ਤੁਸੀਂ ਅਕਤੂਬਰ ਦੇ ਡੇ ਲਿਖ ਰਹੇ ਹੋ ਉਹਦੇ ਤੇ ਇਹ ਵਾਲਾ ਡੇ ਨੋਟ ਕਰੋ ਅਤੇ ਨਾਲ ਹੀ ਪਿਛਲੇ ਰਿਵਾਈਜ਼ ਕਰਕੇ ਕਮੈਂਟ ਬਾਕਸ ਦੇ ਵਿੱਚ ਬਿਲਕੁਲ ਸੀਕੁਐਂਸ ਵਾਈਜ਼ ਲਿਖੋ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਕੁਐਸਚਨ ਨੰਬਰ 2 ਕਿਹੜੀ ਰਾਜ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਨੂੰ ਰਾਜਨੀਤੀ ਚੋਣਾਂ ਵਿੱਚ ਭਾਗ ਲੈਣ ਤੇ ਪਾਬੰਦੀ ਲਾ ਲਾ ਦਿੱਤੀ ਹੈ ਰਾਈਟ ਆਨਸਰ ਹੈ ਜੀ ਹਰਿਆਣਾ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹਰਿਆਣਾ ਹਰਿਆਣਾ ਦੀ ਰਾਜ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਨੂੰ ਰਾਜਨੀਤੀ ਚੋਣਾਂ ਦੇ ਵਿੱਚ ਭਾਗ ਲੈਣ ਤੇ ਪਾਬੰਦੀ ਲਗਾ ਦਿੱਤੀ ਹੈ ਹੁਣ ਅਸੀਂ ਗੱਲ ਕਰ ਰਹੇ ਹਾਂ ਹਰਿਆਣਾ ਦੀ ਹਰਿਆਣਾ ਦੀ ਕੈਪੀਟਲ ਕਿਹ ਹੈ ਚੰਡੀਗੜ੍ਹ ਤੇ ਹਰਿਆਣਾ ਦੇ ਚੀਫ ਮਿਨਿਸਟਰ ਕੌਣ ਨੇ ਮਨੋਹਰ ਲਾਲ ਖੱਟਰ ਤੇ ਹਣ ਹਰਿਆਣਾ ਦੇ ਗਵਰਨਰ ਹੈਗੇ ਆ ਜੀ ਵੰਡਾਰੂ ਤਨਤਾਤਰੀ ਠੀਕ ਹੈ ਜੀ ਹਰਿਆਣਾ ਦੇ ਨਵੇਂ ਡੀਜੀਪ ਬਣੇ ਸੀ ਪ੍ਰਸ਼ਾਂਤ ਕੁਮਾਰ ਅਗਰਵਾਲ ਹਵਾਈ ਟੈਕਸੀ ਦੀ ਸ਼ੁਰੂਆਤ ਹੋਈ ਸੀ ਹਰਿਆਣਾ ਦੇ ਵਿੱਚ ਮੇਰਾ ਪਾਣੀ ਮੇਰੀ ਵਿਰਾਸਤ ਯੋਜਨਾ ਹਰਿਆਣਾ ਦੇ ਵਿੱਚ ਸ਼ੁਰੂ ਹੋਈ ਗੋਰਖ ਧੰਦਾ ਸ਼ਬਦ ਦੇ ਇਸਤੇਮਾਲ ਤੇ ਪੱਤ੍ਰੀਬੰਦ ਲਗਾ ਦਿੱਤਾ ਹਰਿਆਣਾ ਦੀ ਸਰਕਾਰ ਨੇ ਠੀਕ ਹੈ ਜੀ ਹਰਿਆਣਾ ਅਸਲ ਵਿੱਚ ਗੋਰਖਨਾਥ ਟਰਸਟ ਦੇ ਕੁਝ ਆਦਮੀ ਹਰਿਆਣਾ ਜਾ ਕੇ ਹਰਿਆਣਾ ਦੇ ਚੀਫ ਮਿਨਿਸਟਰ ਮਨੋਹਰ ਲਾਲ ਖੱਟਰ ਨੂੰ ਮਿਲੇ ਉਸ ਤੋਂ ਬਾਅਦ ਹਰਿਆਣਾ ਦੇ ਚੀਫ ਮਿਨਿਸਟਰ ਨੇ ਗੋਰਖ ਧੰਦਾ ਸ਼ਬਦ ਤੇ ਹੀ ਪ੍ਰਤੀਬੰਧ ਲਗਾ ਦਿੱਤਾ ਹਰਿਆਣਾ ਦੇ ਵਿੱਚ ਜਿਹੜਾ ਵਨ ਨਵਾ 에ਅਰਪੋਰਟ ਬਣ ਰਿਹਾ ਹੈ ਇਸ ਦਾ ਨਾਮ ਮਹਾਰਾਜਾ ਅਗਰ ਸੈਣ ਦੇ ਨਾਮ ਤੇ ਰੱਖਣ ਦੀ ਘੋਸ਼ਣਾ ਹੋਈ ਆ ਹਰਿਆਣਾ ਦੇ ਵਿੱਚ ਖੁੱਲੀ ਰੇਤਨ ਵਾਇਰਲੈਸ ਸੈਂਚੁਰੀ ਆ ਵੀਰ ਸ਼ਿਕਾਰਗੜ ਵਾਇਰਲੈਸ ਸੈਂਚੁਰੀ ਆ ਚਿੰਚਲਾ ਵਾਇਰਲੈਸ ਸੈਂਚੁਰੀ ਆ ਖਫਰਵਾਸ ਵਾਇਰਲੈਸ ਸੈਂਚੁਰੀ ਆ ਹਰਿਆਣਾ ਦੇ ਵਿੱਚ ਸੁਲਤਾਨਪੁਰ ਨੈਸ਼ਨਲ ਪਾਰਕ ਆ ਕਾਲੇਸ਼ਵਰ ਨੈਸ਼ਨਲ ਪਾਰਕ ਆ ਪਹਿਲੀ ਹਾਈਡਰੋਜਨ ਫਿਊਲ ਸੈੱਲ ਆਧਾਰਿਤ ਟ੍ਰੇਨ ਹਰਿਆਣਾ ਦੇ ਵਿੱਚ ਚੱਲੀ ਇਹਨਾਂ ਤੁਸੀਂ ਯਾਦ ਰੱਖਣਾ ਹਰਿਆਣਾ ਦੇ ਬਾਰੇ ਨੈਕਸਟ ਕੁਐਸਚਨ ਹਾਲ ਹੀ ਵਿੱਚ IEA ਨੇ ਕਿਹੜੇ ਦੇਸ਼ ਨੂੰ ਸਦਾ ਲਈ ਮੈਂਬਰ ਬਣਨ ਦਾ ਸੱਦਾ ਦਿੱਤਾ ਹੈ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ ਇੰਡੀਆ ਜਾਨੀ ਕਿ ਸਾਡੇ ਦੇਸ਼ ਭਾਰਤ ਨੂੰ IEA ਨੇ ਸਦਾ ਲਈ ਆਵਦੀ ਮੈਂਬਰ ਬਣਨ ਦਾ ਸੱਦਾ ਦਿੱਤਾ ਹੈ IEA ਇੰਟਰਨੈਸ਼ਨਲ એનર્ਜੀ ਏਜੰਸੀ ਠੀਕ ਹੈ ਜੀ ਇਹਦੀ ਫੁੱਲ ਫਾਰਮ ਆ ਇੰਟਰਨੈਸ਼ਨਲ ਏਜੰਟਸ એનર્ਜੀ ਏਜੰਸੀ ਤੇ ਇਹ ਦੀ ਸਥਾਪਨਾ ਹੋਈ ਸੀ 1964 ਦੇ ਵਿੱਚ ਇਹਦਾ ਹੈੱਡਕੁਆਰਟਰ ਹੈ ਜੀ ਪੈਰਿਸ ਦੇ ਵਿੱਚ ਤੇ ਇਹਦੇ ਐਟ ਪ੍ਰੈਜ਼ੈਂਟ ਡਾਇਰੈਕਟਰ ਹੈਗੇ ਆ ਫਤੇ ਵਿਰੋਲ ਨੈਕਸਟ ਕੁਐਸਚਨ ਹਾਲ ਹੀ ਵਿੱਚ ਵਾਤਾਵਰਣ ਸੰਬੰਧੀ ਖਤਰਿਆਂ ਲਈ ਕਿਹੜੇ ਦੇਸ਼ ਨੂੰ ਸਭ ਤੋਂ ਕਮਜ਼ੋਰ ਦੇਸ਼ਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੀ ਬੰਗਲਾਦੇਸ਼ ਹਾਂਜੀ ਬੰਗਲਾਦੇਸ਼ ਦੇ ਬੰਗਲਾਦੇਸ਼ ਦੇਸ਼ ਨੂੰ ਸਭ ਤੋਂ ਕਮਜ਼ੋਰ ਦੇਸ਼ਾਂ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਵਾਤਾਵਰਣ ਸੰਬੰਧੀ ਖਤਰਿਆਂ ਦੇ ਵਿੱਚ ਇਹ ਤੁਸੀਂ ਯਾਦ ਰੱਖਣਾ ਠੀਕ ਹੈ ਜੀ ਅਸਲ ਦੇ ਵਿੱਚ ਹੁਣ ਇੰਸਟੀਚਿਊਟ ਫਾਰ ਇਕਨੋਮਿਕਸ ਐਂਡ ਬੇਸ ਦੇ ਦੁਆਰਾ ਇੱਕ ਰਿਪੋਰਟ ਤਿਆਰ ਕੀਤੀ ਗਈ ਸੀ ਕਿਹਦੇ ਅਕੋਰਡਿੰਗ ਕੀਤੀ ਗਈ ਸੀਗੀ ਰਿਪੋਰਟ ਤਿਆਰ ਇੰਸਟੀਚੂਸ਼ਨਸ ਫਾਰ ਇਕਨੋਮਿਕਸ ਐਂਡ ਬੇਸ ਦੇ ਦੁਆਰਾ ਠੀਕ ਹੈ ਇਸ ਦੇ ਅਕੋਰਡਿੰਗ ਪ੍ਰਸਤਿਤਿਕ ਖਤਰੇ ਜਿਹੜੇ ਹੁੰਦੇ ਆ ਠੀਕ ਹੈ ਜੀ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਕਮਜ਼ੋਰ ਦੇਸ਼ ਹੈ ਜਿਹੜਾ ਉਹ ਬੰਗਲਾਦੇਸ਼ ਆ ਠੀਕ ਹੈ ਹੁਣ ਅਸੀਂ ਗੱਲ ਕਰ ਰਹੇ ਹਾਂ ਬੰਗਲਾਦੇਸ਼ ਦੀ ਬੰਗਲਾਦੇਸ਼ ਦੀ ਕੈਪੀਟਲ ਹੈਗੀ ਆ ਡਾਕਾ ਤੇ ਇਥੋਂ ਦੀ ਕਰੰਸੀ ਹੈਗੀ ਆ ਟਕਾ ਤੇ ਪ੍ਰਾਈਮ ਮਿਨਿਸਟਰ ਹੈਗੇ ਆ ਸੇਖ ਹਸੈਨ ਪ੍ਰੈਜ਼ੀਡੈਂਟ ਹੈਗੇ ਆ ਅਬਦੁੱਲਾ ਹਾਮਿਦ ਇੰਡੀਆ ਅਤੇ ਬੰਗਲਾਦੇਸ਼ ਦੇ ਵਿੱਚ ਸੰਪ੍ਰਤੀ ਅਭਿਆਸ ਹੁੰਦਾ ਵਾ ਜਾਨੀ ਕਿ ਡਿਫੈਂਸ ਐਕਸਰਸਾਈਜ਼ ਕਿਹੜੀ ਹੁੰਦੀ ਆ ਇੰਡੀਆ ਤੇ ਬੰਗਲਾਦੇਸ਼ ਦੇ ਵਿੱਚ ਸੰਪ੍ਰਤੀ ਨਾਮ ਦੀ ਇਸ ਬਾਰੇ ਮਹਗਾਲਿਆ ਦੇ ਵਿੱਚ ਹੋਈ ਆ ਇਹ ਵੀ ਤੁਸੀਂ ਯਾਦ ਰੱਖਣਾ ਮੁਫਤ ਇੰਟਰਨੈਟ ਸੇਵਾਵਾਂ ਤੇ ਪ੍ਰਤੀਬੰਧ ਲਗਾ ਦਿੱਤਾ ਬੰਗਲਾਦੇਸ਼ ਨੇ ਡਿਜੀਟਲ ਹਾਟਨਾਮ ਦਾ ਪਲੇਟਫਾਰਮ ਲਾਂਚ ਕੀਤਾ ਬੰਗਲਾਦੇਸ਼ ਨੇ ਬੰਗਲਾਦੇਸ਼ ਦੇ ਵਿੱਚ ਬੰਗਲਾਦੇਸ਼ ਨੇ ਆਪਦਾ ਖੁਦ ਦਾ ਸੋਸ਼ਲ ਮੀਡੀਆ ਐਪ ਆ ਜਿਹੜਾ ਲਾਂਚ ਕੀਤਾ ਵਾ ਜਿਹਦਾ ਨਾਮ ਆ ਜੋਗਜੋਗ ਠੀਕ ਹੈ ਇਹਨਾਂ ਤੁਸੀਂ ਯਾਦ ਰੱਖਣਾ ਬੰਗਲਾਦੇਸ਼ ਦੇ ਬਾਰੇ ਨੈਕਸਟ ਕੁਐਸਚਨ S G A D -E F SGADF ਜਾਨੀ ਕਿ ਸਕੂਲ ਗੇਮਸ ਐਂਡ ਐਕਟੀਵਿਟੀ ਡਿਵੈਲਪਮੈਂਟ ਫਾਊਂਡੇਸ਼ਨ ਨੇ 6ਵੀਂ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਦਾ ਆਯੋਜਨ ਕਿੱਥੇ ਕੀਤਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ 네ਪਾਲ ਹਾਂਜੀ ਸਕੂਲ ਗੇਮਸ ਐਂਡ ਐਕਟੀਵਿਟੀ ਡਿਵੈਲਪਮੈਂਟ ਫਾਊਂਡੇਸ਼ਨ ਨੇ 네ਪਾਲ ਦੇ ਵਿੱਚ 6ਵੀਂ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਥੋੜਾ ਜਿਹੀ ਗੱਲ ਕਰ ਰਹੇ ਹਾਂ ਨੇਪਾਲ ਦੀ ਨੇਪਾਲ ਦੀ ਕੈਪੀਟਲ ਕੀ ਆ ਕਾਠਮਾਂਡੂ ਕਰੰਸੀ ਹੈਗੀ ਆ ਨੇਪਾਲੀ ਰੁਪਇਆ ਤੇ ਇਥੋਂ ਦੇ ਪ੍ਰਾਈਮ ਮਿਨਿਸਟਰ ਹੈਗੇ ਆ ਸ਼ੇਰ ਬਹਾਦਰ ਦੇਵੂਆ ਇੰਡੀਆ ਅਤੇ ਨੇਪਾਲ ਦੇ ਵਿੱਚ ਡਿਫੈਂਸ ਐਕਸਰਸਾਈਜ਼ ਹੁੰਦੀ ਆ ਸੂਰੀ ਕਿਰਨ ਸੂਰੀਆ ਕਿਰਨ ਜਾਨੀ ਕਿ ਸੂਰਜੀ ਕਿਰਨ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਹਾਲ ਹੀ ਵਿੱਚ ਅਲੈਗਜ਼ੈਂਡਰ ਜ਼ਲੇਨਵਰ ਨੂੰ ਕਿਹੜੇ ਦੇਸ਼ ਦਾ ਨਵਾਂ ਚਾਂਸਲਰ ਨਿਯੁਕਤ ਕੀਤਾ ਗਿਆ অপশন নাম্বার এ ইজ দা রাইট আনসার অস্ট্রিয়া हां जी অস্ট্রিয়া দেশ ਦੇ ਵਿੱਚ ਚਾਂਸਲਰ ਨਿਯੁਕਤ ਕੀਤਾ ਗਿਆ ਵਾ ਕਿਹਨੂੰ ਕੀਤਾ ਗਿਆ ਵਾ ਅਲੈਗਜ਼ੈਂਡਰ ਸਲੇਨਵਰਗ ਨੂੰ ਇਹ ਤੁਸੀਂ ਯਾਦ ਰੱਖਣਾ ਹੁਣ ਅਸੀਂ ਗੱਲ ਕਰ ਰਹੇ ਹਾਂ অস্ট্রিয়া ਦੀ ਤੇ ਇਹਦੀ ਕੈਪੀਟਲ ਕੀ ਆ ਵੀਐਨਆ ਇਹਦੀ ਕਰੰਸੀ ਕੀ ਆ ਯੂਰੋ ਤੇ ਇਥੋਂ ਦੇ ਪ੍ਰਾਈਮ ਮਿਨਿਸਟਰ ਹੈਗੇ ਆ ਨਵੇਂ ਬਣਿਆ ਪ੍ਰਾਈਮ ਮਿਨਿਸਟਰ ਠੀਕ ਹੈ ਅਲੈਗਜ਼ੈਂਡਰ ਅਲੈਗਜ਼ੈਂਡਰ ਸਲੇਨਵਰਗ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਹਾਲ ਹੀ ਵਿੱਚ ਜਾਰੀ ਕੀਤੇ ਗਏ ਨਵਿਆਉਣਯੋਗ ਊਰਜਾ ਨਿਵੇਸ਼ ਆਕਰਸ਼ਣ ਸੂਚਕ ਅੰਕ ਵਿੱਚ ਕੌਣ ਚੋਟੀ ਤੇ ਰਿਹਾ ਯਾਨੀ ਕਿ ਕੌਣ ਟੌਪ ਤੇ ਰਿਹਾ ਹਾਂਜੀ ਅਸਲ ਦੇ ਵਿੱਚ ਹੁਣ ਜੋ ਜਾਰੀ ਕੀਤੀ ਗਈ ਹੈ ਰਿਪੋਰਟ ਕਿਹਨੇ ਜਾਰੀ ਕੀਤੀ ਹੈ ਨਵਿਆਉਣਯੋਗ ਊਰਜਾ ਨਿਵੇਸ਼ ਆਕਰਸ਼ਣ ਇੰਡੈਕਸ ਬਣਾਇਆ ਗਿਆ ਵਾ ਉਹਦੇ ਵਿੱਚ ਯੂਐਸਏ ਟੌਪ ਤੇ ਰਿਹਾ ਆਪਸ਼ਨ ਨੰਬਰ ਸੀ ਇਸ ਆ ਰਾਈਟ ਆਨਸਰ यूएसए टॉप ਤੇ ਰਿਹਾ ਇਹ ਤੁਸੀਂ ਯਾਦ ਰੱਖਣਾ ਹਾਂਜੀ ਨਵੀਂ ਆਉਣਯੋਗ ਊਰਜਾ ਨਿਵੇਸ਼ ਆਕਰਸ਼ਨ ਸੂਚਕ ਇਹਦਾ मीनिंग ਕੀ ਆ ਇਹਦਾ ਮਤਲਬ ਆ ਜੀ ਕਿਸ ਦੇਸ਼ ਨੇ ਸਭ ਤੋਂ ਜ਼ਿਆਦਾ ਰੀਨੋਵਲ એનર્ਜੀ ਵਿੱਚ ਇਨਵੈਸਟ ਕੀਤਾ ਹੈ ਅਤੇ ਕਿੱਥੇ ਕਿੰਨੀ ਜ਼ਿਆਦਾ ਰੀਨੋਵਲ એનર્ਜੀ ਡਿਵੈਲਪ ਹੋ ਰਹੀ ਹੈ ਅਤੇ ਉਸ ਦੀ ਬੇਸ ਤੇ ਇਹ 18ਵੇਂ ਰੀਨੋਵਲ એનર્ਜੀ ਕੰਟਰੀ ਅਟਰੈਕਟਿਵਨੈਸ ਇੰਡੈਕਸ ਵਿੱਚ ਅਮਰੀਕਾ ਟੌਪ ਤੇ ਰਿਹਾ 7 ਸੈਕਿੰਡ ਤੇ ਰਿਹਾ ਤੇ ਸਾਡਾ ਦੇਸ਼ ਭਾਰਤ 3rd ਤੇ ਰਿਹਾ ਇਹ ਤੁਸੀਂ ਯਾਦ ਰੱਖਣਾ ਠੀਕ ਹੈ ਜੀ ਨੈਕਸਟ ਕੁਐਸਚਨ ਸ਼ਾਕਾਹਾਰੀ ਚਮੜੇ ਦੀ ਪਹਿਲੀ ਕਦਮੀ ਲਈ ਪੇਟਾ ਇੰਡੀਆ ਅਵਾਰਡ ਕਿਸ ਨੂੰ ਮਿਲਿਆ ਹਾਂਜੀ ਪੇਟਾ ਠੀਕ ਹੈ ਪੇਟਾ ਇੰਡੀਆ ਅਵਾਰਡ ਇਹ ਪੇਟਾ ਇੰਡੀਆ ਅਵਾਰਡ ਦਾ ਨਾਮ ਆ ਤੇ ਪੇਟਾ ਦੀ ਫੁੱਲ ਫਾਰਮ ਹੈਗੀ ਆ ਪਿਪਲ ਫਾਰ ਦਾ ਐਥੀਕਲ ਟ੍ਰੀਟਮੈਂਟ ਆਫ ਦਾ ਐਨੀਮਲਸ ਠੀਕ ਹੈ ਜੀ ਤੇ ਅਵਾਰਡ ਮਿਲਿਆ ਕਿਹਨੂੰ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਪੀ ਕੇ ਸੰਗਮਾ ਨੂੰ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਅਸਲ ਦੇ ਵਿੱਚ ਇਹਨਾਂ ਨੇ ਸ਼ਾਕਾਹਾਰੀ ਲੈਦਰ ਜਾਨੀ ਕਿ ਸ਼ਾਕਾਹਾਰੀ ਚਮੜਾ ਬਣਾਉਣ ਦੀ ਵਿਧੀ ਡਿਵੈਲਪਮੈਂਟ ਕੀਤੀ ਆ ਜਿਹਦਾ ਨਾਮ ਇਹਨਾਂ ਨੇ ਰੱਖਿਆ ਹੋਆ ਬੈਗਨ ਲੈਦਰ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਇਸ ਵਜ੍ਹਾ ਕਰਕੇ ਇਹਨਾਂ ਨੂੰ ਇਹ ਅਵਾਰਡ ਮਿਲਿਆ ਪੇਟਾ ਇੰਡੀਆ ਅਵਾਰਡ ਜੀ ਦੀ ਫੁੱਲ ਫਾਰਮ ਹੈਗੀ ਆ ਪਿਪਲ ਫॉर द एथिकल ट्रीटਮੈਂਟ ਆਫ ਦਾ ਐਨੀਮਲਸ ਠੀਕ ਹੈ ਨੈਕਸਟ ਕੁਐਸ਼ਨ ਪ੍ਰਧਾਨ ਮੰਤਰੀ ਮੋਦੀ ਦਾ ਸਲਾਹਕਾਰ ਕਿਸ ਨੂੰ ਨਿਯੁਕਤ ਕੀਤਾ ਹੈ ਵੈਰੀ ਇੰਪੋਰਟੈਂਟ ਹਾਂਜੀ ਰੀਸੈਂਟਲੀ ਪ੍ਰਧਾਨ ਮੰਤਰੀ ਮੋਦੀ ਦੇ ਸਲਾਹਕਾਰ ਨਿਯੁਕਤ ਕੀਤੇ ਗਏ ਆ ਤੇ ਨਿਯੁਕਤ ਕੀਤੇ ਗਏ ਆ ਜੀ ਅਮਿਤ ਖੈਰੇ ਨੂੰ ਠੀਕ ਹੈ ਅਮ੍ਰਿਤ ਸੌਰੀ ਅਮਿਤ ਖਰੇ ਨੂੰ ਨਿਯੁਕਤ ਕੀਤਾ ਗਿਆ ਹੈ অপਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਤੇ ਅਸਲ ਦੇ ਵਿੱਚ 1985 ਦੇ ਵਿੱਚ ਆਈਏਐਸ ਅਧਿਕਾਰੀ ਬਣੇ ਸੀ ਇਹ ਚਾਰਖੰਡ ਕੈਡਰ ਦੇ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਤ੍ਰਿਵੰਤਮਪੁਰ ਹਵਾਈ ਅੱਡੇ ਦਾ ਪ੍ਰਬੰਧ ਕਿਸ ਨੇ ਸੰਭਾਲਿਆ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੀ ਅਡਾਨੀ ਗਰੁੱਪ ਹਾਂ ਜੀ ਅਡਾਨੀ ਗਰੁੱਪ ਨੇ ਤਰਵੰਤਮਪੁਰ ਹਵਾਈ ਅੱਡੇ ਦਾ ਪ੍ਰਬੰਧ ਸੰਭਾਲ ਲਿਆ ਹੈ ਹੁਣ ਤੱਕ ਜਿੰਨੇ ਵੀ ਹਵਾਈ ਅੱਡੇ ਸੀ ਉਹਨਾਂ ਦਾ ਪ੍ਰਬੰਧ 에ਅਰਪੋਰਟ ਅਥਾਰਟੀ ਆਫ ਇੰਡੀਆ ਦੇ ਕੋਲ ਸੀ ਠੀਕ ਹੈ ਹੁਣ ਹੌਲੀ ਹੌਲੀ ਕਰਕੇ 에ਅਰਪੋਰਟ ਅਡਾਨੀ ਗਰੁੱਪ ਨੂੰ ਲੈਂਦਾ ਜਾਂਦਾ ਹੈ ਅਤੇ ਹਰ 에ਅਰਪੋਰਟ ਦਾ ਪ੍ਰਬੰਧ ਅਡਾਨੀ ਗਰੁੱਪ ਕੋਲ ਆ ਜਾਂਦਾ ਹੈ ਆ ਹੀ ਜਾਂਦਾ ਹੈ ਹੌਲੀ ਹੌਲੀ ਕਰਕੇ ਕੱਲ ਮੈਂ ਤੁਹਾਨੂੰ ਦੱਸਿਆ ਸੀ ਜੈਪੁਰ ਹਵਾਈ ਅੱਡੇ ਦਾ ਪ੍ਰਬੰਧ ਅਡਾਨੀ ਗਰੁੱਪ ਨੇ ਸੰਭਾਲਿਆ ਉਸ ਤੋਂ ਪਹਿਲਾਂ ਗੁਹਾਟੀ 에ਅਰਪੋਰਟ ਦਾ ਪ੍ਰਬੰਧ ਵੀ ਅਡਾਨੀ ਗਰੁੱਪ ਨੇ ਸੰਭਾਲਿਆ ਇਸ ਤਰ੍ਹਾਂ ਹੌਲੀ-ਹੌਲੀ ਕਰਕੇ ਹਰ 에ਅਰਪੋਰਟ ਦਾ ਪ੍ਰਬੰਧਨ ਅਡਾਨੀ ਗਰੁੱਪ ਕੋਲ ਆਉਂਦਾ ਜਾਂਦਾ ਹੈ ਠੀਕ ਹੈ ਜੀ ਹੁਣ ਦੇਖੋ ਅਡਾਨੀ ਗਰੁੱਪ ਇਹਦੀ ਸਥਾਪਨਾ ਹੋਈ ਸੀ 1988 ਈਸਵੀ ਦੇ ਵਿੱਚ ਤੇ ਇਹਦੀ ਇਹਦਾ ਹੈੱਡਕੁਆਟਰ ਆ ਅਮ다ਬਾਦ ਦੇ ਵਿੱਚ ਤੇ ਇਹਦੇ ਫਾਊਂਡਰ ਕੌਣ ਸੀ ਗੋਤਮ ਅਡਾਨੀ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਦੁਨੀਆ ਦਾ ਸਭ ਤੋਂ ਵੱਡਾ ਬਿਟਕੁਆਇਨ ਮਾਈਨਿੰਗ ਸੈਂਟਰ ਕਿਹੜਾ ਹੈ ਹਾਂਜੀ ਬਿਟਕੁਆਇਨ ਮਾਈਨਿੰਗ ਸੈਂਟਰ ਕਿੱਥੇ ਆ ਇਹ ਯੂਐਸਏ ਦੇ ਵਿੱਚ ਆ ਠੀਕ ਹੈ ਜੀ ਸੌਰੀ ਇਹ ਕੁਐਸਚਨ ਰੋਂਗ ਆ ਇੱਥੇ ਕੁਐਸਚਨ ਆਉਣਾ ਸੀਗਾ ਬਿਟਕੁਆਇਨ ਤੇ ਕਿਹੜੇ ਦੇਸ਼ ਨੇ ਬੈਨ ਲਗਾਇਆ ਠੀਕ ਹੈ ਇਹ ਕੁਐਸਚਨ ਬਣਨਾ ਸੀਗਾ ਇੱਥੇ ਕਰੈਕਟ ਕਰ ਲੈਣਾ ਹਾਂਜੀ ਹੁਣ ਇਹਦਾ ਆਨਸਰ ਸੀਗਾ ਯੂਐਸਏ ਦੇਖੋ ਸਭ ਤੋਂ ਪਹਿਲਾਂ ਰੂਸ ਨੇ ਵਿਟਕੋਆਇਨ ਨੂੰ ਬੈਨ ਕੀਤਾ ਸੀ ਫਿਰ ਕਾਜ਼ਾਕਿਸਤਾਨ ਨੇ ਵਿਟਕੋਆਇਨ ਨੂੰ ਬੈਨ ਕੀਤਾ ਤੇ ਹੁਣ ਅਮਰੀਕਾ ਨੇ ਵਿਟਕੋਆਇਨ ਨੂੰ ਬੈਨ ਕਰ ਦਿੱਤਾ ਹੈ ਹੁਣ ਅਸੀਂ ਗੱਲ ਕਰ ਰਹੇ ਹਾਂ ਅਮਰੀਕਾ ਦੀ ਹਾਂਜੀ ਅਮਰੀਕਾ ਦੇ ਪ੍ਰੈਜ਼ੀਡੈਂਟ ਕੌਣ ਨੇ ਯੋਨ ਵਾਇਡਨ ਤੇ ਯੋ ਵਾਇਡਨ ਨੇ ਦੋ ਬੁੱਕਸ ਇਹਨਾਂ ਦੀਆਂ ਇੰਪੋਰਟੈਂਟ ਨੇ ਤੁਸੀਂ ਯਾਦ ਰੱਖਣਾ ਪ੍ਰੋਮਿਸ ਵੀ ਡੈਡ ਤੇ ਪ੍ਰੋਮਿਸ ਟੂ ਕੀਪ ਇਹ ਦੋ ਬੁੱਕਸ ਇਹਨਾਂ ਦੀਆਂ ਇੰਪੋਰਟੈਂਟ ਨੇ ਯਾਦ ਰੱਖਣਾ ਤੇ ਇਥੋਂ ਦੇ ਵਾਈਸ ਪ੍ਰੈਜ਼ੀਡੈਂਟ ਨੇ ਕਮਲਾ ਹੈਰਿਸ ਇਹਨਾਂ ਦੀਆਂ ਤਿੰਨ ਬੁੱਕਸ ਇੰਪੋਰਟੈਂਟ ਨੇ ਸੁਪਰ ਹੀਰੋਜ਼ ਆਰ 에ਵਰੀਵੇਅਰ ਸੈਕੰਡ ਹੈਗੀ ਆ ਦਾ ਟਰੂਥਸ ਵੀ ਹੁਲਡ ਐਂਡ ਥਰਡ ਹੈਗੀ ਆ ਸਮਾਰਟਸ ਔਨ ਕ੍ਰੈਮ ਇਹ ਵੀ ਤੁਸੀਂ ਯਾਦ ਰੱਖਣਾ ਠੀਕ ਹੈ ਜੀ ਹੁਣ ਦੇਖੋ ਕੁਐਸਚਨ ਤੁਹਾਨੂੰ ਇਸ ਤਰ੍ਹਾਂ ਆ ਸਕਦਾ ਵਾ ਕਿ ਕਿਹੜੇ ਦੇਸ਼ ਨੇ ਸਭ ਤੋਂ ਵੱਧ ਵੀਜ਼ਾ ਜਾਰੀ ਕੀਤਾ ਸਟੂਡੈਂਟਸ ਦੇ ਲਈ ਦ ਰਾਈਟ ਆਨਸਰ ਹੋਵੇਗਾ ਫਿਰ ਵੀ ਅਮਰੀਕਾ ਰੀਸੈਂਟਲੀ ਅਮਰੀਕਾ ਨੇ 2021 ਵਿੱਚ ਸਭ ਤੋਂ ਜ਼ਿਆਦਾ ਸੰਖਿਆ ਦੇ ਵਿੱਚ ਵੀਜ਼ਾ ਜਾਰੀ ਕੀਤਾ ਹੈ 2021 ਵਿੱਚ ਹੁਣ ਤੱਕ ਅਮਰੀਕਾ ਨੇ 55000 ਭਾਰਤੀ ਸਟੂਡੈਂਟ ਨੂੰ ਵੀਜ਼ਾ ਦਿੱਤਾ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਹਾਲ ਹੀ ਵਿੱਚ ਓਯੋ ਦੇ ਬੋਰਡ ਵਿੱਚ ਇੱਕ ਸਤੰਤਰ ਨਿਰਦੇਸ਼ਕ ਵਜੋਂ ਕੌਣ ਸ਼ਾਮਿਲ ਹੋਇਆ ਹਾਂਜੀ ਇੱਕ ਸਤੰਤਰ ਨਿਰਦੇਸ਼ਕ ਚੁਣਿਆ ਗਿਆ ਏ ਓਯੋ ਦੇ ਦੁਆਰਾ ਤਾਂ ਕਿਸ ਨੂੰ ਚੁਣਿਆ ਗਿਆ ਹੈ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ ਦੀਪਾ ਮਲਿਕ ਹਾਂਜੀ ਦੀਪੀ ਦੀਪਾ ਮਲਿਕ ਇਹ ਇੱਕ ਪੈਰਾ 올림픽 ਉਹ ਪੈਰਾ 올ੰਪੀਆ ਨਾ ਠੀਕ ਹੈ ਜੀ ਦੀਪਾ ਮਲਿਕ ਇਹਨਾਂ ਨੇ 2016 ਦੇ ਵਿੱਚ ਪੈਰਾ 올림픽 ਦੇ ਵਿੱਚ ਸੋਨੇ ਦਾ ਮੈਡਲ ਜਿੱਤਿਆ ਸੀ ਤੇ ਇਹਨਾਂ ਨੂੰ ਹੁਣ OYO ਨੇ ਆਪਣੇ ਸਤੰਤਰ ਨਿਰਦੇਸ਼ਕ ਵਜੋਂ ਚੁਣਿਆ ਹੈ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਹਾਲ ਹੀ ਵਿੱਚ ਭਾਰਤ ਨੇ ਕਿਹੜੇ ਦੇਸ਼ ਲਈ 200 ਮਿਲੀਅਨ ਡਾਲਰ ਦੀ ਕ੍ਰੈਡਿਟ ਲਾਈਨ ਦਾ ਐਲਾਨ ਕੀਤਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੀ ਕਾਜ਼ਿਕਸਤਾਨ ਸੌਰੀ ਕਿਰਗਿਸਤਾਨ ਠੀਕ ਹੈ ਜੀ ਕਿਰਗਿਸਤਾਨ ਭਾਰਤ ਨੇ ਕਿਰਗਿਸਤਾਨ ਦੇ ਲਈ 200 ਮਿਲੀਅਨ ਡਾਲਰ ਦੀ ਕ੍ਰੈਡਿਟ ਲਾਈਨ ਦਾ ਐਲਾਨ ਕਰ ਦਿੱਤਾ ਹੈ ਦੇਖੋ ਅਸਲ ਦੇ ਵਿੱਚ ਸਾਡੇ ਜੋ ਵਿਦੇਸ਼ ਮੰਤਰੀ ਹੈ ਐਸ ਜੇ ਸੰਕਰ ਇਹ ਦੋ ਦਿਨ ਦੀ ਕਿਰਗਿਸਤਾਨ ਦੇ ਯਾਤਰਾ ਤੇ ਗਏ ਆ ਤੇ ਉੱਥੇ ਇਹਨਾਂ ਨੇ ਕਿਰਗਿਸਤਾਨ ਦੇ ਲਈ 200 ਮਿਲੀਅਨ ਡਾਲਰ ਦੇ ਲਾਈਨ ਆਫ ਲਾਈਨ ਆਫ ਕ੍ਰੈਡਿਟ ਦੀ ਘੋਸ਼ਣਾ ਕੀਤੀ ਆ ਹੁਣ ਅਸੀਂ ਗੱਲ ਕਰ ਰਹੇ ਆ ਕਿਰਗਿਸਤਾਨ ਦੀ ਇਹਦੀ ਕੈਪੀਟਲ ਕੀ ਆ ਵਿਸਕੇ ਤੇ ਇਹਦੀ ਕਰੰਸੀ ਕੀ ਆ ਕਿਰਗਿਸਤਾਨੀ ਸੋਮ ਤੇ ਇਹਦੇ ਪ੍ਰੈਜ਼ੀਡੈਂਟ ਕੌਣ ਨੇ ਸਦਰ ਯਦਰੂਵਾ ਇਹ ਤੁਸੀਂ ਯਾਦ ਰੱਖਣਾ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ